ਜੇ ਸਾਡਾ ਲੀਵਰ ਨਹੀਂ ਨਾ ਸਹੀ ਤਰ੍ਹਾਂ ਕੰਮ ਕਰ ਰਿਹਾ ਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦੇ ਅਸਾਜ ਜਿਹੜਾ ਬਣੇ ਰਹਿੰਦੇ ਆ ਤੇ ਜੇ ਸਾਡਾ ਖੂਨ ਗਾੜਾ ਆ ਮੋਟਾ ਆ ਚੰਗੀ ਤਰ੍ਹਾਂ ਬਲੱਡ ਸਰਕਲ ਨਹੀਂ ਕਰ ਰਿਹਾ ਚੰਗੀ ਤਰ੍ਹਾਂ ਦਿਮਾਗ ਤੱਕ ਦਿਲ ਤੱਕ ਨਹੀਂ ਪਹੁੰਚ ਰਿਹਾ ਤੇ ਸਾਨੂੰ ਜਿਹੜਾ ਆ ਬਹੁਤ ਸਾਰੀਆਂ ਦਿਲ ਨਾਲ ਸੰਬੰਧਿਤ ਬਿਮਾਰੀਆਂ ਜਾਂ ਦਿਮਾਗ ਨਾਲ ਸੰਬੰਧਿਤ ਬਿਮਾਰੀਆਂ ਦੇ ਨਾਲ ਝੂਝਣਾ ਪੈ ਸਕਦਾ ਹੈ ਅੱਗੇ ਗੱਲ ਕਰੀਏ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਇਨਫੋ ਮੈਂ ਕੱਲ ਰੋਜ਼ਮਾਨ ਗਿਆ ਸੀ ਉੱਥੇ ਇਹ ਜਿਹੜੇ ਦੋ ਪ੍ਰੋਡਕਟ ਆ ਇਹ ਇਹਨਾਂ ਤੇ ਆਫਰ ਲੱਗੀ ਹੋਈ ਆ ਅੰਗੇਬੋਰਡ ਦੇ ਵਿੱਚ ਆ ਇੱਕ ਤਾਂ ਹੈਗਾ ਲ ਹੈਗਾ ਆਪਣਾ omega 3 ਆਪਣਾ omega 3 ਐਥੇ ਇਹ ਸਮੁੰਦਰੀ ਜੀਵਾਂ ਤੋਂ ਮੱਛੀਆਂ ਦੇ ਤੇਲ ਤੋਂ ਬਣਿਆ ਹੋਇਆ ਹੈ ਜਿਹੜੇ ਮੇਰੇ ਭੈਣ ਭਰਾ ਵੈਜੀਟੇਰੀਅਨ ਆ ਉਤੋਂ ਹੀ ਤੁਹਾਨੂੰ ਇੱਕ ਲਾਈਨ ਸਾਮਨ ਜੜ ਕੇ ਫਲੈਂਸਲਿਸ਼ੀਆ ਪੇੜ ਪੌਦਿਆਂ ਤੋਂ ਬਣਿਆ ਹੋਇਆ ਇੰਡੀਆ ਦੇ ਵਿੱਚ ਆਪਾਂ ਅਲਸੀ ਕਹਿੰਦੇ ਆ ਸ਼ਾਇਦ ਇੰਗਲਿਸ਼ ਦੇ ਵਿੱਚ ਫਲੈਕਸ ਸੀਡ ਆਇਲ ਕਹਿੰਦੇ ਆ ਵੈਸੇ ਤਾਂ ਮੈਂ ਇੰਡੀਆ ਤੋਂ ਇਹ ਪ੍ਰੋਡਕਟ ਲੈ ਕੇ ਆਨਾ ਆ ਕਾਫੀ ਸਾਲਾਂ ਤੋਂ ਲੈ ਰਿਹਾ ਤੇ ਬਹੁਤ ਵਧੀਆ ਰਿਜ਼ਲਟ ਨੇ ਨਾਲ ਦੇ ਪਰ ਕਈ ਵਾਰੀ ਕੀ ਹੁੰਦਾ ਆ ਕਿ ਖਤਮ ਹੋ ਜਾਂਦੇ ਆ ਪ੍ਰੋਡਕਟ ਠੀਕ ਆ ਜੀ ਫਿਰ ਮੈਂ ਇੱਥੋਂ ਵੀ ਲੈ ਲੈਣਾ ਆ ਤੇ ਮੈਂ ਇਹ ਪ੍ਰੋਡਕਟ ਵੀ ਲਿਆ ਤੇ ਇਹਨਾਂ ਦੇ ਬਹੁਤ ਵਧੀਆ ਰਿਜ਼ਲਟ ਰਹੇ ਆ ਠੀਕ ਆ ਜੀ ਇਸ ਕਰਕੇ ਤੁਹਾਡੇ ਭੈਣ ਭਰਾਵਾਂ ਨਾਲ ਸਾਂਝੀ ਕਰ ਰਿਹਾ ਇੱਕ ਭਰਾ ਨੇ ਕਮੈਂਟ ਕੀਤਾ ਸੀ ਪਿਛਲੀ ਵੀਡੀਓ ਤੇ ਸ਼ਾਇਦ ਤੁਹਾਨੂੰ ਵੈਸਟੀਜ ਵੱਲੋਂ ਕੋਈ ਕਮਿਸ਼ਨ ਮਿਲਦਾ ਹੋਣਾ ਨਹੀਂ ਵੀਰ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਮੈਨੂੰ ਨਾ ਤਾਂ ਵੈਸਟੀਜ ਨੇ ਕੁਝ ਦੇਣਾ ਆ ਤੇ ਨਾ ਹੀ ਇਹਨਾਂ ਨੇ ਕੁਝ ਦੇਣਾ ਆ ਜਿਹੜੀ ਚੀਜ਼ ਦਾ ਫਾਇਦਾ ਮਿਲਦਾ ਆ ਮੈਂ ਸੋਚਦਾ ਆ ਕਿ ਆਪਣੇ ਭੈਣ ਭਰਾਵਾਂ ਤੱਕ ਉਸ ਗੱਲ ਨੂੰ ਪਹੁੰਚਾਇਆ ਜਾਵੇ ਤਾਂ ਜੋ ਹੋਰ ਭੈਣ ਭਰਾਵਾਂ ਦਾ ਫਾਇਦਾ ਹੋ ਲੇਵਾ ਵੀ ਟਾਲਦੀ ਇਹ ਲੀਵਰ ਵਾਸਤੇ ਆ ਠੀਕ ਹੈ ਜੀ ਆਪਾਂ ਕੀ ਕਰਨਾ ਆ ਦੁਪਹਿਰ ਦੇ ਖਾਣੇ ਵਿੱਚ ਦੋ ਟੈਬਲਟ ਡੇਲੀ ਆਪਾਂ ਸ਼ਾਮਿਲ ਕਰ ਲੈਣੇ ਆ ਠੀਕ ਹੈ ਜੀ ਤੇ ਕੋਸ਼ਿਸ਼ ਕਰਨੀ ਆ ਕਿ ਆਪਾਂ ਆਪਣੇ ਖਾਣੇ ਦੇ ਨਾਲ ਕਿਸੇ ਵੀ ਤਰ੍ਹਾਂ ਕੁਝ ਨਹੀਂ ਪੀਣਾ ਹੈਗਾ ਨਾ ਕੋਲਾ ਫੰਟਾ ਬੀਅਰ ਕੁਝ ਨਹੀਂ ਲੈਣਾ ਜੇ ਆਪਣਾ ਪੀਣ ਤੇ ਦਿਲ ਕਰ ਰਿਹਾ ਜਾਂ ਆਪਾਂ ਲੱਸੀ ਪੀ ਲਈਏ ਠੀਕ ਹੈ ਜੀ ਜਾਂ ਫਿਰ ਆਪਾਂ ਇੱਕ ਗੁੰਗਣੇ ਪਾਣੀ ਦੀ ਜਿੱਦਾਂ ਅਦਰਕ ਕੁੱਟ ਕੇ ਵਿੱਚ ਥੋੜਾ ਜਿਹਾ ਲੈਮਨ ਜੂਸ ਪਾ ਲਈਏ ਠੀਕ ਹੈ ਜੀ ਤੇ ਉਹਦੀ ਆਪਾਂ ਇੱਕ ਟੀ ਬਣਾ ਲਈਏ ਕਾਲੀ ਚਾਹ ਨਹੀਂ ਪੀਣੀ ਆਪਣੀ ਟੀ ਬਣਾ ਲਈਏ ਜਿੱਦਾਂ ਕਿ ਆਪਾਂ ਅਦਰਕ ਦਾ ਪਾਣੀ ਥੋੜਾ ਜਿਹਾ ਪਾ ਕੇ ਥੋੜਾ ਜਿਹਾ ਲੈਮਨ ਉਹਦੇ ਵਿੱਚ ਪ੍ਰੈਸ ਕਰ ਲਈਏ ਠੀਕ ਹੈ ਜੀ ਉਹ ਸਾਡੀ ਪਾਚਨ ਕਿਰਿਆ ਨੂੰ ਥੋੜਾ ਜਿਹਾ ਹੋਰ ਸਪੋਰਟ ਕਰਦਾ ਆ ਤੇ ਮਦਦ ਕਰਦਾ ਆ ਠੀਕ ਹੈ ਜੀ ਤੇ ਉਹਦੇ ਨਾਲ ਆਪਾਂ ਜਿਹੜਾ ਦੋ ਟੈਬਲੇਟ ਰੋਟੀ ਖਾਂਦੇ ਸਮੇ ਇਹ ਲੈ ਸਕਦੇ ਆ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਭੈਣਾਂ ਪ੍ਰੈਗਨੈਂਟ ਨੇ ਜਾਂ ਫਿਰ ਜਿਹੜੇ ਆ ਜਿਨ੍ਹਾਂ ਦੇ ਬੇਬੀ ਛੋਟੇ ਆ ਆਪਣੇ ਬੇਬੀ ਨੂੰ ਦੁੱਧ ਪਿਲਾ ਰਹੀਆਂ ਨੇ ਉਹ ਹਜੇ ਤੱਕ ਇਹ ਪ੍ਰੋਡਕਟ ਨਾ ਲੈਣ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਉਹ ਲੈਣਾ ਸ਼ੁਰੂ ਕਰ ਸਕਦੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਇਹ omega 3 ਠੀਕ ਹੈ ਜੀ ਇਹ ਅੱਜ ਕਾ ਸਟ੍ਰੈਸ ਪਰ ਜਿੰਦਗੀ ਦੇ ਵਿੱਚ ਜੰਕ ਫੂਡ ਖਾਣ ਦੇ ਨਾਲ ਜਿੱਦਾਂ ਸਾਡੀਆਂ ਨਾੜਾਂ ਦੇ ਵਿੱਚ ਫੈਟ ਡਿਪੋਜ਼ਿਟ ਹੋ ਜਾਂਦੀ ਹੈ ਠੀਕ ਹੈ ਜੀ ਇਹ ਉਹਨੂੰ ਰਿਮੂਵ ਕਰਦਾ ਹੈ ਨਾੜਾਂ ਨੂੰ ਸਾਫ਼ ਕਰਦਾ ਹੈ ਦਿਲ ਤੇ ਦਿਮਾਗ ਤੱਕ ਜਿਹੜਾ ਆ ਖੂਨ ਨੂੰ ਸਹੀ ਤਰੀਕੇ ਨਾਲ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਠੀਕ ਹੈ ਜੀ ਸੋ ਇਹ ਇਹਨੂੰ ਕੀ ਆਪਾਂ ਕਰ ਸਕਦੇ ਆ ਇਹ ਵੀ ਆਪਾਂ ਇੱਕ ਟੈਬਲੇਟ ਲੈਣਾ ਹੈ ਦਿਨ ਦਾ ਆਪਾਂ ਇਹਨੂੰ ਸ਼ਾਮ ਦੇ ਖਾਣੇ ਦੇ ਨਾਲ ਲੈ ਸਕਦੇ ਆ ਰਾਤ ਦੇ ਖਾਣੇ ਦੇ ਨਾਲ ਲੈ ਸਕਦੇ ਆ ਠੀਕ ਹੈ ਜੀ ਰੋਟੀ ਖਾਣ ਦੇ ਸਮੇਂ ਇੱਕ ਟੈਬਲੇਟ ਲੈਣਾ ਆ ਕੋਸ਼ਿਸ਼ ਕਰਨੀ ਆ ਜਦੋਂ ਵੀ ਰੋਟੀ ਖਾਣੀ ਆ ਰੋਟੀ ਖਾਣ ਤੋਂ ਅੱਧਾ ਘੰਟਾ ਘੱਟੋ-ਘੱਟ ਜਪ 40-45 ਮਿੰਟ ਤੱਕ ਕੁਝ ਨਹੀਂ ਪੀਣਾ ਠੀਕ ਹੈ ਜੀ ਉਹਦੇ ਨਾਲ ਤੇ ਤੁਸੀਂ ਉਹਦੇ ਨਾਲ ਲੱਸੀ ਪੀ ਸਕਦੇ ਹੋ ਜੇ ਪੀਣੀ ਹੋਵੇ ਤੇ ਜਾਂ ਫਿਰ ਆਪਣਾ ਤੁਸੀਂ ਜਿੰਜਰ ਟੀ ਬਣਾ ਲਵੋ ਥੋੜੀ ਜਿਹੀ ਅਦਰਕ ਕਟ ਕੇ ਜਿਵੇਂ ਕਿ ਮੈਂ ਕਿਹਾ ਕਿ ਹਟੀਆਂ ਵੀ ਥੋੜਾ ਜਿਹਾ ਲੈਮਨ ਪਾ ਲਵੋ ਠੀਕ ਹੈ ਜੀ ਉਹਦੇ ਨਾਲ ਤੁਸੀਂ ਇਹ ਗੋਲੀ ਜਿਹੜਾ ਲੈ ਸਕਦੇ ਹੋ ਠੀਕ ਹੈ ਦੇਖਿਓ ਤੁਸੀਂ ਜੇ ਇਹ ਪ੍ਰੋਡਕਟ ਤੁਸੀਂ ਜਿਹੜਾ ਆਪਣੀ ਡੇਲੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਹੋ ਦੇਖਿਓ ਹੌਲੀ ਹੌਲੀ 6 ਮਹੀਨੇ ਦੇ ਵਿੱਚ ਤੁਹਾਨੂੰ ਵਧੀਆ ਰਿਜ਼ਲਟ ਜਿਹੜਾ ਮਿਲਨੇ ਸ਼ੁਰੂ ਹੋ ਜਾਣਗੇ ਤੁਹਾਡੀ ਬਾਡੀ ਜਿਹੜਾ ਹੈ ਰੀਜਨਰੇਸ਼ਨ ਹੋਣੀ ਸ਼ੁਰੂ ਹੋ ਜਾਵੇਗੀ ਠੀਕ ਹੈ ਜੀ ਬਾਕੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰ ਦਿਓ ਤਾਂ ਜੋ ਜਤ ਜਿਆਦਾ ਭੈਣ ਭਰਾਵਾਂ ਤੱਕ ਪਹੁੰਚ ਸਕੇ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਤੁਹਾਡਾ ਲਵ ਸਿੰਘ ਹਮ ਦੋਵੇਂ ਹੱਥ ਜੋੜ ਕੇ ਤੁਹਾਨੂੰ ਮਾਫੀ ਚਾਹੁੰਦਾ ਜੀ ਸਸਟਰੀਆ ਕਲ ਸੰਤ ਤੇ ਜਉਂਦੇ ਵਸਤਰੋ